ਨਿੱਕੇ ਨਿੱਕੇ ਮੇਮਣੇ ਅੱਛਾ ਜੀ ਪਹਾੜ ਚੁੱਕੀ ਜਾਂਦੇ ਨੇ। ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ। ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ। ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ। ਹਾਂਜੀ, ਮੈਂ ਸੋਚਣ ਵਾਲੀ ਗੱਲ ਹੈ ਕਿ ਨਿੱਕੇ ਨਿੱਕੇ ਮੇਮਣੇ ਪਹਾੜ ਕਿਵੇਂ ਚੁੱਕ ਸਕਦੇ ਨੇ। ਅੱਛਾ ਜੀ, ਨਿੱਕੇ ਨਿੱਕੇ ਮੇਮਣੇ ਜਿਹੜੇ ਨਾ ਉਹ ਦੇਖੋ ਕੀੜੀ, ਵੈਸੇ ਇੱਕ ਗੱਲ ਹੈ, ਕੀੜੀਆਂ ਦੇ ਅੰਦਰ ਨਾ ਆਪਣੀ ਪਾਵਰ ਦੇ ਨਾਲੋਂ ਆਪਣੇ ਸਰੀਰ ਤਾਕਤ ਦੇ ਨਾਲੋਂ 10 ਗੁਣਾ ਜ਼ਿਆਦਾ ਤਾਕਤ ਹੁੰਦੀ ਹੈ ਚੀਜ਼ ਚੱਕਣ ਦੀ, ਮੰਨਿਆ ਜਾਂਦਾ। ਸਰ ਉਹ ਐਡੀ ਕੁ ਕੀੜੀ ਦੇਖ ਲਓ, ਇੰਨਾ ਵੱਡਾ ਆਪਣੇ ਆਪ ਤੋਂ ਦੁੱਗਣਾ ਕਣਕ ਦਾ ਦਾਣਾ ਚੁੱਕ ਲੈਂਦੇ। ਤੋ ਇਹਦਾ ਜਵਾਬ ਹੈ ਜੀ ਕੀੜੀਆਂ। ਨਹੀਂ ਨਹੀਂ ਜੀ, ਨਹੀਂ ਜੀ। ਓਕੇ, ਜੇ ਤੁਹਾਨੂੰ ਵੀ ਇਸ ਬੁਝਾਰਤ ਦਾ ਜਵਾਬ ਪਤਾ ਤਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਜੀ। ਵੈਸੇ ਇਹ ਬੁਝਾਰਤ ਬਹੁਤ ਜ਼ਿਆਦਾ ਪੁਰਾਣੀ ਹੈ, ਤੁਸੀਂ ਵੀ ਸ਼ਾਇਦ ਆਪਣੇ ਬੇਬੇ ਬਾਪੂ ਕੋਲੋਂ ਜਾਂ ਆਂਢੀ ਗੁਆਂਢੀ ਕਿਸੇ, ਕਈ ਵਾਰ ਆਪਾਂ ਬਜ਼ੁਰਗ ਹੁੰਦੇ ਨੇ ਕੋਈ, ਹੈ ਨਾ, ਉਹਨਾਂ ਤੋਂ ਸੁਣੀ ਹੋਏਗੀ। ਜਿਨ੍ਹਾਂ ਨੇ ਸੁਣੀ ਹੈ ਅਤੇ ਸਾਡੀਆਂ ਬੁਝਾਰਤਾਂ ਸੁਣ ਕੇ ਜਿਨ੍ਹਾਂ ਨੂੰ ਆਪਣਾ ਬਚਪਨ ਯਾਦ ਆਉਂਦਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਕੋਈ ਬਜ਼ੁਰਗ ਦੇਖਦਾ ਆਪ ਜੀ ਦਾ, ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਸਭ ਕੁਝ ਸਾਨੂੰ ਸਿਖਾਇਆ ਅਤੇ ਅਸੀਂ ਆਪ ਜੀ ਨਾਲ ਅਤੇ ਹੋਰ ਵੀਰਾਂ ਭੈਣਾਂ ਨਾਲ ਸ਼ੇਅਰ ਕਰ ਰਹੇ ਹਾਂ। ਸੋ ਇਸ ਬੁਝਾਰਤ ਦਾ ਜਵਾਬ ਹੈ ਜੀ ਰੇਲ ਗੱਡੀ। ਹਾਂਜੀ, ਪੁੱਛੋ ਕਿਵੇਂ ਦੇ ਡੱਬੇ। ਹਾਂਜੀ, ਉਹ ਫਿਰ ਨਿੱਕੇ ਨਿੱਕੇ ਦੂਰੋਂ ਲੱਗਦੇ ਨੇ ਨਾ। ਕੋਈ ਰਾਜਾ ਸੀ, ਠੀਕ ਹੈ, ਉਹ ਆਪਣੀ ਰਾਣੀ ਨਾਲ ਮਹਿਲ 'ਚ ਬੈਠਿਆ ਸੀ, ਠੀਕ ਹੈ, ਅਤੇ ਉਹ ਰਾਣੀ ਪੁੱਛਦੀ, ਕਹਿੰਦੀ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ। ਰਾਜਾ ਪੁੱਛੇ ਰਾਣੀ ਨੂੰ ਕੀ ਜਿਹੜੇ ਕੌਣ ਜਾ ਰਿਹਾ, ਕਿਹੜਾ ਜਾਨਵਰ ਜਾ ਰਿਹਾ ਕਿ ਪਹਾੜ ਚੱਕੀ ਫਿਰਦੇ ਨੇ। ਉਹ ਕਹਿੰਦੀ ਰੇਲ ਗੱਡੀ ਜਾਂਦੀ ਹੈ ਭਾਈ, ਤੈਨੂੰ ਇੰਨਾ ਵੀ ਨਹੀਂ ਪਤਾ ਕਾਹਦਾ ਰਾਜਾ ਤੂੰ। ਸੋ ਇਹਦਾ ਜਵਾਬ ਹੈ ਜੀ ਰੇਲ ਗੱਡੀ ਅਤੇ ਉਹਦੇ ਡੱਬੇ। ਅਗਲੀ ਬੁਝਾਰਤ ਜੀ, ਅਗਲੀ ਬੁਝਾਰਤ ਹੈ ਕੀ ਉੱਪਰ ਜਾਂਦਾ ਜੋ ਕਦੇ ਨੀਚੇ ਨਹੀਂ ਆਉਂਦਾ। ਬੰਦਾ, ਬੰਦਾ ਜਦ ਉੱਤੇ ਜਾਂਦਾ ਕਦੀ ਥੱਲੇ ਨਹੀਂ ਆਉਂਦਾ। ਸਰੀਰ, ਸਰੀਰ ਤਾਂ ਜਾਂਦਾ ਹੀ, ਸਰੀਰ ਤਾਂ ਇੱਥੇ ਆ ਜਾਂਦਾ, ਮਤਲਬ ਆਤਮਾ। ਆਤਮਾ ਉੱਤੇ ਜਾਂਦੀ ਹੈ, ਕਦੀ ਥੱਲੇ ਨਹੀਂ ਆਉਂਦੀ। ਬੰਦਾ ਮਰ ਜਾਂਦਾ ਮਰ ਕੇ ਚਲਾ ਜਾਂਦਾ। ਮੋਸਟਲੀ ਮੈਨੇ ਸੁਣਿਆ ਜਿਵੇਂ ਆਪਾਂ ਕਹਿ ਦਿੰਦੇ ਨਾ ਹੁੰਦਾ ਹੈ ਪੁਨਰਜਨਮ, ਜਾਂ ਫਿਰ ਆਪਣੇ ਮੋਸਟਲੀ ਪਿੰਡਾਂ ਦੇ ਵਿੱਚ ਜਿਹੜੀਆਂ ਆਪਣੀਆਂ ਬੀਬੀਆਂ ਨੇ ਉਹ ਪਤਾ ਕੀ ਕਹਿਣਗੀਆਂ, ਆਹ ਬੰਦੇ ਨੂੰ ਉਹਦੀ ਕਸਰ ਹੋ ਗਈ ਸੀ। ਉਹਨਾਂ ਦੇ ਅਕੋਰਡਿੰਗ ਤਾਂ ਬੰਦਾ ਇੱਥੋਂ ਜਾਂਦਾ ਹੀ ਨਹੀਂ। ਹੈ, ਮਤਲਬ ਇਹਦਾ ਜਵਾਬ ਇਹ ਨਹੀਂ ਹੈ। ਇਹਦਾ ਜਵਾਬ ਇਹ ਨਹੀਂ। ਓਕੇ, ਕੀ ਹੈ ਜੋ ਉੱਤੇ ਜਾਂਦਾ ਥੱਲੇ ਨਹੀਂ ਆਉਂਦਾ? ਉੱਪਰ ਜਾਂਦਾ ਫਿਰ ਨੀਚੇ ਨਹੀਂ ਆਉਂਦਾ। ਵਧੀ ਜਾਉ ਪਰ ਆਪਾਂ ਕਦੇ ਇਹ ਨਹੀਂ ਹੈਗਾ, ਇਹ ਨਹੀਂ ਸੁਣਿਆ ਵੀ ਹਾਂ ਭਈ ਉਹ ਨੀਚੇ ਵੀ ਆਈ ਹੈ। ਪੇੜ, ਡਾਲਰ, ਪੇੜ ਉੱਤੇ ਜਾਈ ਜਾ ਰਿਹਾ, ਉੱਤੇ ਜਾਈ ਯਾਰ, ਥੱਲੇ ਆਈ ਨਹੀਂ ਰਿਹਾ। ਪੇੜ ਉੱਤੇ ਜਾਣਾ ਥੱਲੇ ਨੀ ਆਉਂਦਾ, ਕੱਟਦੇ ਥੱਲੇ ਆਉਂਦੇ ਨੀ ਤੁਸੀਂ, ਉਹ ਨੀਚੇ ਆ ਜਾਂਦਾ ਫਿਰ ਤੋਂ। ਇਹ ਇੰਟਰਸਟਿੰਗ ਬੁਝਾਰਤ ਹੈ, ਕਿਹੜੀ ਚੀਜ਼ ਹੈ ਉੱਤੇ ਜਾਂਦੀ ਹੈ ਥੱਲੇ ਨੀ ਆਉਂਦੀ? ਹੈ ਪੜ੍ਹਾਈ, ਪੌੜੀ, ਸਟੱਡੀ। ਬੰਦਾ ਐਲਕੇਜੀ ਤੋਂ ਸਟਾਰਟ ਕਰਦਾ, ਪੜ੍ਹਦਾ ਜਾਂਦਾ, ਪੜ੍ਹਦਾ ਜਾਂਦਾ, ਪੜ੍ਹਦਾ ਜਾਂਦਾ, ਇਹ ਥੋੜਾ ਕਿ 10ਵੀਂ ਕਰਨ ਤੋਂ ਬਾਅਦ ਫਿਰ ਬੰਦਾ ਐਲਕੇਜੀ ਕਰਦਾ ਹੋਵੇ। ਕੁਝ ਕਹੇ ਜੀ ਵੀ ਨੇ ਜਿਹੜੇ ਕਿ ਐਲਕੇਜੀ ਵਿੱਚ ਹੀ ਰਹਿੰਦੇ ਨੇ ਕਿ ਮੈਕਸਿਮਮ 4-5 ਸਾਲ ਦੇ ਕਰੀਬ। ਹਾਂਜੀ, 4-5 ਸਾਲ ਦੇ ਕਰੀਬ। ਇਹ ਪਰਸਨਲ ਅਟੈਕ ਬਿਲਕੁਲ ਨਾ ਕੀਤਾ ਜਾਵੇ, ਪਹਿਲੀ ਗੱਲ ਕਰ, ਠੀਕ ਹੈ, ਨਹੀਂ ਤਾਂ ਮੈਂ ਰੋ ਪਊਂਗਾ ਵੀਡੀਓ ਦੇ ਵਿੱਚ। ਖੈਰ, ਤਾਂ ਮੈਂ ਇਹ ਕਹਿ ਰਿਹਾ ਸੀ ਕਿ ਬੰਦਾ 10ਵੀਂ ਪੜ੍ਹਾਈ ਤੋਂ ਬਾਅਦ ਐਲਕੇਜੀ ਤੋਂ ਨਹੀਂ ਆਉਂਦਾ ਕੋਈ। ਕਈਆਂ ਦਾ ਇੰਟਰਸਟ ਹੁੰਦਾ ਅਗਲਾ 10ਵੀਂ ਕਰਦੇ ਹੀ ਨਹੀਂ, ਉੱਥੇ ਫਿਰੀ ਜਾਂਦਾ ਹੈਗਾ। ਹਾਂਜੀ, ਹੈ ਨਾ ਵੀ, ਮਤਲਬ ਇਹ ਵੀ ਜਵਾਬ ਨਹੀਂ ਹੈ। ਖੜ ਜਾਓ, ਉੱਤੇ ਜਾਂਦਾ ਥੱਲੇ ਨਹੀਂ ਆਉਂਦਾ ਤੇ ਵੱਧਦਾ ਰਹਿੰਦਾ। ਹਿੰਟ ਦਿਓ, ਵੱਧਦਾ ਰਹਿੰਦਾ ਹਿੰਟ। ਹਾਂ, ਹੈਪੀ ਬਰਥਡੇ ਟੂ ਯੂ। ਉਮਰ ਹੈ, ਉਮਰ, 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 ਉਮਰ ਵੱਧਦੀ ਰਹਿੰਦੀ ਹੈ, ਵੱਧਦੀ ਰਹਿੰਦੀ ਹੈ, ਵੱਧਦੀ ਰਹਿੰਦੀ ਹੈ, ਕਦੀ ਥੱਲੇ ਨਹੀਂ ਆਉਂਦੀ। ਹਾਂਜੀ, ਉਮਰ ਹਮੇਸ਼ਾ ਵੱਧਦੀ ਹੈ, ਲੇਕਿਨ 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 ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਨ੍ਹਾਂ ਦੀ ਉਮਰ ਤਕਰੀਬਨ 19 ਸਾਲ ਦੀ ਹੈ, ਲੇਕਿਨ
ਉਹ ਅਜੇ ਵੀ 5 ਸਾਲ ਦੇ ਹੀ ਨੇ। ਹੁਣ ਤੁਸੀਂ ਕਹੋਗੇ 19 ਸਾਲ ਦੀ ਉਮਰ ਹੈ ਤਾਂ 5 ਸਾਲ ਦੀ ਕਿਉਂ ਹੈ? ਕਿਉਂਕਿ ਉਹਨਾਂ ਦਾ ਜਿਹੜਾ ਬਰਥ ਹੋਇਆ ਨਾ ਉਹ 29 ਫਰਵਰੀ ਨੂੰ ਹੋਇਆ ਅਤੇ ਉਹਨਾਂ ਦਾ ਬਰਥ ਆਪਾਂ ਮਨਾਵਾਂਗੇ, ਸੈਲੀਬ੍ਰੇਟ ਕਰਾਂਗੇ, ਤੁਹਾਡੇ ਸਾਰੇ ਨਾਲ ਵੀਡੀਓ ਸ਼ੇਅਰ ਕਰਾਂਗੇ। ਖੈਰ ਕੌਣ ਹੈ ਇਹ ਤੁਹਾਨੂੰ ਵਾਰ ਵਾਰ ਟਾਈਮ 'ਤੇ ਪਤਾ ਲੱਗ ਜੂਗਾ, ਰਿਵੀਲ ਨਹੀਂ ਕਰਦੇ ਅਜੇ। ਖੈਰ ਓਕੇ ਨੈਕਸਟ ਜੀ, ਚਲੋ ਜੀ ਅਗਲੀ ਬੁਝਾਰਤ ਹੈ ਜੀ। ਸੋਨੂ ਦੇ ਮਾਪਿਆਂ ਦੇ 3 ਪੁੱਤਰ ਨੇ। ਅੱਛਾ ਸੋਨੂ ਭਾਜੀ ਕੀ ਬਾਤ ਹੈ। ਹਾਂਜੀ ਰਾਮ ਤੇ ਸ਼ਾਮ। ਅੱਛਾ ਉਹਨਾਂ ਦੇ ਤੀਸਰੇ ਪੁੱਤਰ ਦਾ ਨਾਂ ਦੱਸੋ। ਮੈਨੂੰ ਕਿਹੜਾ ਦੱਸਿਆ ਉਹਨੇ? ਆਖੇ ਲੱਭੋ ਫਿਰ ਕੀ ਹੈ, ਹਮੇ ਤਾਂ ਆ ਗਿਆ। ਦੱਸੋ ਜੀ ਤੁਸੀਂ ਵੀ, ਤੁਹਾਨੂੰ ਵੀ ਜੇ ਕਮੈਂਟਸ ਦੇ ਵਿੱਚ ਪਤਾ ਹੈ ਤਾਂ ਜ਼ਰੂਰ ਦੱਸੋ। ਹਾਂ ਬਸ ਇਹ ਨਾ ਇਹ ਥੋੜ੍ਹਾ ਜਿਹਾ ਬਸ ਦਿਮਾਗ ਲਗਾਉਣ ਵਾਲੀ ਗੱਲ ਹੈ, ਜੇ ਸਮਝ ਹੋਗਾ ਨਾ ਕਿ ਸੋਨੂ ਦੇ ਮਾਂ ਬਾਪ ਦੇ 2 ਪੁੱਤਰ ਨੇ ਰਾਮ ਔਰ ਸ਼ਾਮ, ਤਾਂ ਤੀਸਰਾ ਫਿਰ ਸੋਨੂ ਹੀ ਹੋਇਆ। ਸੋਨੂ ਹੀ ਹੋਇਆ, ਸੋਨੂ ਦੇ ਮਾਂ ਬਾਪ ਦੇ ਨੇ ਨਾ। ਹਾਂਜੀ ਤੋ ਇਹਦਾ ਜਵਾਬ ਹੈ ਸੋਨੂ, ਰਾਮ ਸ਼ਾਮ ਸੋਨੂ। ਅਗਲੀ ਬੁਝਾਰਤ ਤੇ ਲਾਸਟ ਬੁਝਾਰਤ ਜੀ। ਹਾਂਜੀ 12 ਭਾਈ ਇੱਕ ਰਜਾਈ। ਇਹ ਵੀ ਮੈਨੂੰ ਪਤਾ ਹੈ, ਮੈਂ ਪਹਿਲਾਂ ਦੇਣਾ ਸੀ ਜਵਾਬ, ਮੈਂ ਕਿਹਾ ਸੁਣ ਸੰਤਰਾ ਸੰਤਰਾ ਸੰਤਰਾ। ਯੈਸ ਵੈਸੇ ਇਹਦਾ ਜਵਾਬ ਨਾ ਘੜੀ ਵੀ ਬਣ ਸਕਦਾ, ਕਿਉਂ? ਕਿਉਂਕਿ 12 ਉਹਦੇ ਵਿੱਚ 3 ਸੂਈਆਂ ਹੁੰਦੀਆਂ। ਹੈਲੋ ਰਜਾਈ ਮਤਲਬ ਕਿ ਉਹ ਘੜੀ ਤਾਂ ਇੱਕੋ ਹੀ ਹੈ ਨਾ, ਟਾਈਮਿੰਗ 12 ਹੁੰਦੇ ਨੇ, ਅਸੀਂ ਨਹੀਂ ਮੰਨਦੇ। ਲੇਕਿਨ ਇਹਦਾ ਸਹੀ ਜਵਾਬ ਸੰਤਰਾ ਸੰਤਰਾ, ਕਿਉਂਕਿ ਉਹ ਇਕੱਠੇ ਹੋ ਕੇ ਰਹਿੰਦੇ ਨੇ ਨਾ, ਰਜਾਈ ਦੇ ਵੀ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ। ਨਹੀਂ ਪਰ ਮੈਂ ਨੋਟ ਕੀਤਾ ਵਾ ਕਿਸੇ ਕਿਸੇ ਸੰਤਰੇ ਚ 12 ਫਾੜੀਆਂ ਹੁੰਦੀਆਂ ਵੀ ਨਹੀਂ ਹੈਗੀਆਂ। ਹਾਂ ਇਹ ਵੀ ਗੱਲ ਸਹੀ ਹੈ, ਮੈਂ ਇੱਕ ਵਾਰ ਨੇਹਾ ਨੂੰ ਸੰਤਰਾ ਦਿੱਤਾ ਸੀ ਉਸ 'ਚ ਇੱਕੋ ਹੀ ਫਾੜੀ ਸੀ, ਕਿਉਂਕਿ ਸਾਰੀਆਂ ਖਾ ਚੁੱਕੇ ਸੀਗੇ, ਇਹ ਵੀ ਦੱਸਿਆ ਪਰ ਨਾ। ਸੋ ਇਸ ਬੁਝਾਰਤ ਦਾ ਜਵਾਬ ਹੈ ਜੀ ਸੰਤਰਾ। ਸੋ ਅੱਜ ਦੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਤਾਂ ਤੁਸੀਂ ਸਾਨੂੰ ਯੂਟਿਊਬ ਦੇ ਕਮੈਂਟ ਸੈਕਸ਼ਨ ਵਿੱਚ ਭੇਜ ਸਕਦੇ ਹੋ, ਨਾਲ ਆਪਣਾ ਨਾਮ ਅਤੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਨਾ ਭੁੱਲਿਓ, ਅਸੀਂ ਤੁਹਾਡੀ ਬੁਝਾਰਤ ਆਪਣੀ ਵੀਡੀਓ 'ਚ ਐਡ ਕਰਾਂਗੇ ਅਤੇ ਤੁਹਾਡਾ ਨਾਮ ਵੀ ਮੈਂਸ਼ਨ ਜ਼ਰੂਰ ਕਰਾਂਗੇ। ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ, ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ।